ਤੂੰ ਕਿੱਧਰ ਸਰਦਾਰ ਨਹੀਂ ਹੈ, ਤੂੰ ਕਿੱਧਰ ਨਾਲ, ਮੈਂ ਜਦੋਂ ਜਾਣਾ ਤੂੰ ਨਾਲ ਟਪੂਸੀ ਮਾਰ ਕੇ ਬਹਿ ਜਾਨੀ। ਹਾਏ ਕੀ ਖਾਨੀ ਆ, ਕੀ ਖਾਨੀ ਆ, ਮਰ ਜਾਣੀਏ। ਆਹ ਪਾਲੀਓ, ਆਹ ਪਾਲੀਓ। ਸਤਿ ਸ਼੍ਰੀ ਅਕਾਲ, ਅਦਾਓ, ਨਮਸਤੇ, ਹੈਲੋ, ਹਾਏ, ਕਿਵੇਂ ਹੋ, ਠੀਕ ਠਾਕ ਹੋ ਸਾਰੇ? ਅਤੇ ਆਓ ਫਿਰ ਅੱਜ ਦੇ ਵਲੌਗ ਦੀ ਸ਼ੁਰੂਆਤ ਕਰੀਏ, ਅਤੇ ਵਲੌਗ 'ਚ ਲਾਈਏ ਰੌਣਕਾਂ। ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ, ਅਤੇ ਲਾਈਕ, ਕਮੈਂਟ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਆਓ ਫਿਰ ਵਲੌਗ ਸ਼ੁਰੂ ਕਰੀਏ ਆਪਾਂ। ਆ ਗਿਆ ਨਾ ਕਾਬੂ, ਕਾਹਦਾ ਪੇਪਰ, ਹਿੰਦੀ ਦਾ? ਵਾਟ ਕੱਢਦੇ ਫਿਰ ਹਿੰਦੀ ਕੇ ਕੱਲ੍ਹ, ਸੁਣਾ ਕੁਝ ਫਿਰ ਵਲੌਗ 'ਚ, ਸੁਣਾ ਕੁਝ। ਆਹ ਕਾਪੀ ਸਾਰੀ ਰੰਗ ਨਾਲ ਭਰੀ ਹੈ, ਆਹ ਜਿਹੜੀ ਇੱਧਰ ਮੈਡਮ ਵੀ ਬੜੀ ਸਖਤ ਆ, ਤੇ ਪਾਇਆ ਤੂੰ ਅੱਜ ਕੱਚਾ ਹੀ ਆ ਗੱਲਾਂ ਫੇਰ। ਅੱਛਾ, ਪਹਿਲਾਂ ਮੇਰੀ ਸੁਣ, ਕੱਪੜੇ ਤਾਂ ਹੌਲੀ ਹੌਲੀ ਪਾਉਣ ਲੱਗ ਪਿਆ, ਆਹ ਟੀ ਸ਼ਰਟ ਪਾਈ ਪਰ ਪਜਾਮਾ ਪੈਂਟੀ ਨਹੀਂ, ਆਹ ਕੱਚਾ ਪਾਇਆ ਅੰਡਰ, ਆਹ ਲਾ ਕੇ ਸੁੱਟਿਆ, ਆਹ ਇਹ ਕਿੱਧਰ ਪਾਲਾ ਪਾਲਾ। ਪੇਰੈਂਟਸ ਮੀਟਿੰਗ ਹੋਣੀ ਨਾ, ਅਤੇ ਉਦੋਂ ਦੱਸਣਾ ਮੈਂ ਮੈਡਮ ਸਕੂਲੇ ਵੀ, ਅਸੀਂ ਉੱਚੀ ਘਾਲ ਜਾ ਕਰੀਏ ਕੱਛੇ 'ਚ ਹੀ, ਮੁਝੇ ਕੱਚਾ ਬਹੁਤ ਪਸੰਦ ਹੈ, ਮੈਨੂੰ ਕੱਚਾ ਬਹੁਤ ਪਸੰਦ ਹੈ, ਕਦੇ ਲਾਲ ਲਿਆਇਆ ਕਰ, ਕਦੇ ਨੀਲਾ ਪਾਇਆ ਕਰ, ਹੁਣ ਪਾਊਗਾ ਇਹ ਲੱਗਾ ਹੀ ਰਿਕਾਰਡ ਤੋੜਨ, ਆਹ ਹੀ ਇੱਕ ਗਿਆ ਹੀ ਪਹੁੰਚਾ, ਇੱਕ ਪੈਰ ਗਿਆ ਹੀ, ਇਹ ਆ ਗਿਆ ਹੈ ਦੂਜਾ ਪੈਰ, ਨਹੀਂ ਅੱਜ ਤੋੜਦੇ ਰਿਕਾਰਡ, ਝੰਬ ਦੇ ਫੜ ਕੇ ਮੈਂ ਤਾਂ ਕਹਿੰਦਾ ਜੀ, ਡੰਡਾ ਲਿਆ ਕੇ ਦਵਾਂ ਥੱਲਿਓ। ਆਹ ਪਾਲੀਓ, ਆਹ ਪਾਲੀਓ, ਵਧਾਈਆਂ ਜੀ, ਵਧਾਈਆਂ, ਪੂਰੇ ਕੱਪੜਿਆਂ 'ਚ ਵੇਖੋ, ਪੂਰੇ ਕੱਪੜਿਆਂ 'ਚ ਵੇਖ ਲਓ, ਇਹਨੇ ਉੱਦਾਂ ਤਾਂ ਵੇਖਿਆ ਪਰ ਘਰੇ ਨਹੀਂ ਪਾਉਂਦਾ ਤੂੰ ਪੂਰੇ ਕੱਪੜੇ, ਬਹੁਤ ਘੱਟ। ਲਓ ਵੀ ਚਾਹ ਧਰ ਸੁੱਟੀ ਜੱਟ ਨੇ, ਕਹਿੰਦੇ ਚਾਹ ਧਰਤੀ, ਆਹ ਹੋਰ ਚਾਹਵਾਂ ਪੀਏ। ਕੀ ਖਾਨੀ ਆ, ਕੀ ਖਾਨੀ ਆ, ਮਰ ਜਾਣੀਏ, ਨਹੀਂ ਬੁਰੜੀ ਹੁੰਦੀ ਤੂੰ, ਨਹੀਂ ਹੁੰਦੀ, ਮੈਂ ਜੇ ਇਹਦੀ ਫੋਟੋ ਲੱਗੀ ਆ ਨਾ ਉੱਤੇ, ਤਾਂ ਫਿਰ ਚੀਜ਼ ਅੰਦਰ ਕੋਈ ਘੈਂਟ ਹੀ ਹੋਣੀ ਹੈ, ਸਵਾਦ ਹੀ ਹੋਣੀ ਹੈ, ਕਿਉਂਕਿ ਆਹ ਮਰ ਜਾਣੀ ਬਾਹਲੀ ਘੈਂਟ ਲੱਗਦੀ, ਕੁੜੀ ਤੇਰੀ ਪੰਜੀਆਂ ਦੀ ਹੋ ਗਈ ਆ ਪਰ ਤੂੰ ਹੋਣੀ ਬੁੱਢੀ ਹੁੰਦੀ, ਤੂੰ ਅਜੇ ਬਾਈਆਂ ਦੀ ਲੱਗੀ ਜਾਂਦੀ, ਨਹੀਂ ਟਲਦੀ ਤੂੰ, ਕਹਿਰੀਆ ਗੇ ਕਹਿਰੀਆ। ਏ ਲੈ ਵੇਖ ਲਾ ਸ਼ਵਿਤਾ ਤਿਵਾਰੀ, ਜਿਹਦੀਆਂ ਤੂੰ ਐਡਾਂ ਕਰਦੀਆਂ ਨਾ, ਮੁੰਡਾ ਲਿਆ ਲਿਆ ਖਾਂਦਾ ਹੀ ਨਮਕੀਨਾ ਵੇਲਾ, ਚੰਦਰੀਏ ਇੰਨਾ ਮੋਹ ਪਿਆਰ ਆ ਧਰਨਾ, ਕਿਤੇ ਵੇਖ ਆ ਬੁਲਾਓ, ਕਿਤੇ ਵੇਖ ਵੀਡੀਓ, ਕਿਤੇ ਵੇਖ ਕੇ ਬਾਗੋ ਬਾਗ ਹੋ ਜਾਏਗੀ, ਖੁਸ਼ ਹੋ ਜਾਏਗੀ, ਚੰਦਰੀਏ ਇੰਨਾ ਮੋਹ ਕਰਦੇ ਤੇਰਾ, ਜਿਹੜੀ ਚੀਜ਼ ਐਡ ਕਰਦੀਆਂ ਉਹੀ ਲੈ ਆਈਦੀ ਆ, ਵੇਖ ਲਾ ਨਮਕੀਨਾ ਖਾਂਦਿਆ ਹੀ ਮੁੰਡਾ ਤੇਰੀ ਪਸੰਦ ਦੀਆਂ, ਤੂੰ ਭਾਵੇਂ ਖਾਵੇ ਨਾ ਖਾਏ ਪਰ ਜਿਹੜੀ ਤੂੰ ਉਂਗਲ ਜੀ ਕਰਕੇ ਫੋਟੋ ਕਰਤੀ ਨਾ ਨਮਕੀਨ ਨਾਲ ਵੀ ਇਹ ਖਾਣੀ, ਤੇ ਮੈਂ ਬਸ ਚੱਕ ਲਓ ਫਿਰੇ, ਲੈ ਦੁੱਧ ਪੀ, ਆਹ ਥੱਲੇ ਰੱਖ, ਕਿੱਥੇ ਚੱਲਿਆ ਫੁੱਟਬਾਲ ਖੇਡਣਾ, ਹੈਂ ਪੱਖਾ ਚਲਾ ਦਈਏ, ਪਰੇ ਹੋ ਫਿਰ ਮਾੜਾ ਜਿਹਾ ਗੱਲਬਾਤ ਕਰੀਏ, ਉਹ ਫਿਰ ਕਿਸੇ ਦਿਨ ਪਾਈ ਫਿਰ ਵਿਖਾਵਾਂ, ਉਹ ਆਓ ਕੀ ਹੋਇਆ ਉੱਧਰ, ਹੈਂ ਅਏ ਪਰੇ ਤਾਂ ਹੋ ਮਾੜਾ ਜਿਹਾ, ਕੱਲ੍ਹ ਵਿਖਾਵਾਂਗੇ, ਕਿੰਨੇ ਵਜੇ ਆਏਗਾ ਪਰੇ ਘਰ, ਓਏ ਹੋਏ ਹੋਏ ਹੋਏ, ਆਹ ਬੜੀ ਤੋਂ ਲਵਾ ਕੇ ਲਿਆਉਣਾ ਮਿੱਟੀ ਜੀ,
ਇਹਨੂੰ ਲੱਗ ਹੀ ਜਾਂਦੀ ਆ ਥੱਲੇ ਕੀ ਇਹਦੇ ਕੰਡੇ ਜੇ ਲੱਗੇ। ਕਿੰਨੇ ਵਜੇ ਆਉਣਾ ਤੂੰ, ਕਿੰਨੇ ਵਜੇ ਤੱਕ ਦੀ ਪਰਮਿਸ਼ਨ ਮਿਲੀ? 7 ਵਜੇ ਆ ਜਾਏਗਾ ਪੱਕਾ? ਚੱਲ ਆ ਜਾਈ ਫਿਰ। ਟਾਈਮ ਹੁਣ ਹੋਇਆ ਵਾ, ਕਿੰਨਾ ਕਿੰਨਾ ਟਾਈਮ ਹੋਇਆ ਹੁਣ? 6:30 ਹੋਏ, ਅੱਧਾ ਘੰਟਾ ਹੀ ਪਰਮਿਸ਼ਨ ਮਿਲੀ ਆ ਮਿੱਤਰ। ਅਤੇ ਆਣ ਕੇ ਫਿਰ ਪੇਪਰ ਨੂੰ ਮਾਰੋ ਰੱਟਾ, ਮਾਰੋ ਬੁੱਕਾਂ ਨਾਲ ਮੱਥਾ, ਅਤੇ ਪੇਪਰ 'ਚ ਫਿਰ ਚੱਕ ਦਿਓ ਫੱਟਾ। 0 ਨੰਬਰ ਦਾ ਕੀ? ਚੱਲ ਫਿਰ ਪੀ ਲਾ ਛੇਤੀ ਛੇਤੀ। ਕੀ ਧਰਤਾ ਹੀ ਜੱਟੀਏ, ਕੀ ਧਰਤਾ ਹੀ ਅੱਜ ਹੈਂ? ਕਾਲੇ ਚਣਿਆਂ 'ਚ ਪਾਏਗੀ ਅੱਜ ਸੇਬ? ਸੇਬ ਨਹੀਂ ਪਾਉਣਾ। ਹਾਂ, ਟਮਾਟਰ ਕੱਢੇ ਆ ਉਹਦੇ ਵਿੱਚ ਰੱਖੇ। ਅੱਛਾ, ਮੈਂ ਕਿਹਾ ਸੇਬਾਂ ਵਾਲੇ ਚਣੇ ਬਣਨ ਲੱਗੇ ਅੱਜ। ਕੁਛ ਵੀ ਕਰ ਸਕਦੀ ਤੂੰ, ਕੁਛ ਵੀ ਕਰ ਸਕਦੀ। ਕੁੱਕਰ ਵੇ ਸਾਡਾ ਕਿੱਡਾ ਪੁਰਾਣਾ ਜੀ, ਰਿਆਸਤੀ ਕੁੱਕਰ ਆ ਸਾਡਾ, ਰਿਆਸਤੀ। ਹਾਂ, ਮਤਲਬ ਰਿਆਸਤ ਦੇ ਵਿੱਚ ਮਿਲਿਆ ਸਾਨੂੰ ਇਹ ਕੁੱਕਰ। ਰਿਆਸਤ ਦੀ ਗੱਲ ਕਰਨੀ ਆ ਤੈਨੂੰ, ਏਡੇ ਭਾਰੇ ਸ਼ਬਦਾਂ ਦਾ ਵੱਡਿਆਂ ਦਾ ਨਹੀਂ ਪਤਾ। ਰਿਆਸਤ ਏਡਾ ਭਾਰੀ ਵਰਡ ਨਹੀਂ ਬੋਲੀਦਾ, ਏਡਾ ਭਾਰੀ ਵਰਡ ਹੀ ਮੈਂ ਬੋਲਦਾ ਜਾਣੇ। ਆ ਭੁਲੇਖੇ ਆ ਕਿਤੇ ਟਮਾ ਉਹ ਨਾ ਪਾ ਦੀ, ਸੇਬ ਨਾ ਕੱਟ ਕੇ ਪਾ ਦੀ ਚਣਿਆਂ 'ਚ, ਕਿਤੇ ਕਰਦੇ ਉਹ ਹੀ ਕੰਮ, ਕਿਤੇ ਗਿਣੇ ਬੋਕੇ ਤੇਰਾ ਨਾਂ ਆ ਜਾਣਾ ਫਿਰ ਦਿਨ ਚੜ੍ਹਦੇ ਨੂੰ ਹੀ। ਇੱਕ ਕਾਲੇ ਚਣਿਆਂ ਸਬਜ਼ੀ 'ਚ ਪਾਏ, ਇੱਕ ਕੰਨਿਆਂ ਨੇ ਲੇਡੀ ਨੇ ਸੇਬ। ਲਓ ਵੀ ਪਰਨਾ ਮੈਂ ਕਰ ਲਿਆ ਚੇਂਜ, ਟੀ ਸ਼ਰਟ ਵੀ ਕਰ ਲਈ ਚੇਂਜ, ਮੈਂ ਚੱਲਿਆ ਸਟੂਡੀਓ, ਕੰਮ ਧੰਦਾ ਕਰ ਆਈਏ, ਗਾਣੇ ਗੁਣੇ ਬਣਾ ਲਈਏ, ਅਤੇ ਆਓ ਫਿਰ ਮਿਲਦੇ ਹਾਂ ਸਟੂਡੀਓ ਜਾ ਕੇ, ਵੇਖਦੇ ਹਾਂ ਸਟੂਡੀਓ ਦਾ ਕੀ ਮਾਹੌਲ ਚੱਲ ਰਿਹਾ। ਤੂੰ ਕਿੱਧਰ ਸਰਦਾਰਨੀ ਹੈ, ਤੂੰ ਕਿੱਧਰ ਨਾਲ? ਮੈਂ ਜਦੋਂ ਜਾਂਦਾ ਤੂੰ ਨਾਲ ਟਪੂਸੀ ਮਾਰ ਕੇ ਬਹਿ ਜਾਂਦੀ, ਮੈਂ ਉੱਥੇ ਵੀ ਜਾਣਾ ਸੀ, ਮੈਨੂੰ ਉੱਥੇ ਵੀ ਛੱਡ ਦਿਓ, ਫਿਰ ਮੈਨੂੰ ਘਰੇ ਛੱਡ ਦਿਓ, ਮੈਂ ਸਮਾਨ ਜਿਹਾ ਲੈਣਾ ਸੀ, ਸਮਾਨ ਲੈ ਕੇ ਮੈਨੂੰ ਘਰੇ ਛੱਡ ਦਿਓ। ਲਫਾਫਾ ਝੋਲਾ ਬੰਨ ਕੇ ਅੱਗੇ ਕੈਰੀਅਰ ਲਵਾ ਕੇ, ਪਿੱਛੇ ਕੈਰੀਅਰ ਲਵਾ ਕੇ ਦਊਂ, ਅੱਗੇ ਟੋਕਰੀ ਲਵਾ ਕੇ ਦਊਂਗਾ। ਗੱਡੀ ਰੱਖੂਗੀ ਤੇ ਤੁਸੀਂ ਸਾਈਕਲ ਰੱਖ ਲਿਓ। ਚੱਲ ਜੇ ਤੂੰ ਸਿੱਖ ਲਾ ਜਾ ਚ ਫਿਰ। ਦੂਜਾ ਏਸੀ ਰਖਾਈ ਫਿਰੀ ਆ ਘਰ ਵਾਲਾ, ਸਪਿਲਟ ਵਿੰਡੋ ਇਧਰੋਂ ਲਵਾ ਲਈ, ਹੈ ਵਿੰਡੋ ਇਧਰ ਤੋਂ ਕਿਸੇ ਨੂੰ ਬਹਿਣ ਤੇ ਦੇਣਾ ਨੀ ਹੈਨਾ ਆਪਣੀ ਗੱਡੀ ਚ, ਤੇ ਹਾ ਵਿੰਡੋ ਨਾ ਜਿਹੜੀ ਹੁੰਦੀ ਕਨੈਕਟਰ ਸਾਈਡ, ਇਧਰੋਂ ਵਿੰਡੋ ਏਸੀ ਲਵਾ ਲਾਂਗੇ। ਐ ਵੇਖੀ ਫਰਲ ਫਰਲ ਵਾਵਾ ਇਹਦੀ ਠੰਡੀ, ਐ ਜਾਈ ਫਿਰ ਘੂਕਦੀ, ਨਾਲੇ ਲੋਕੀ ਵੇਖਣਗੇ ਵੱਖਰੀ ਚੀਜ਼ ਤੁਰੀ ਫਿਰਦੀ। ਹਾਂ, ਜਾ ਇਹ ਰਿਹਾ ਤੇਰਾ ਮੇਰਾ, ਮਰੂਤੀ ਲੱਭਦਾ ਕੋਈ, ਮੈਂ ਆ ਜਾਣੀ ਕੋਈ 25-30 ਹਜ਼ਾਰ ਦੀ ਨਾ, ਤੇ ਉਹਦੇ ਟਾਇਰ ਟੂਰ ਪਵਾ ਕੇ ਬਣ ਜਾਣੀ ਗੱਲ। ਲੱਖ ਡੇਢ ਲੱਖ ਰੁਪਏ ਲਵਾਓਗੇ ਨਾ ਉੱਤੇ? ਆਟੋਮੈਟਿਕ ਦਾ ਖਰਚਾ ਆ, ਆਟੋਮੈਟਿਕ ਰਹਿਣ ਦੇ। ਨਹੀਂ 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 ਚੱਲ ਜਾਣੀ ਆ, ਲੈ 50-60 ਹਰੀ ਤੂੰ ਮਾਰੀ ਕਿਸੇ ਚ ਫਿਰ ਆ ਜਾਣੀ ਜਾ ਚ। ਆਹੋ ਪੈਸੇ ਫਿਰ ਦੇਣ ਨੂੰ ਤਿਆਰ ਹੋ ਨਾ, ਜਿਸ ਚ ਮਾਰੂੰਗੇ ਪੈਸੇ ਵੀ ਮੰਗਣੇ। ਪੈਸੇ ਵੀ ਤੂੰ ਲਾ ਲਈ ਜਿੱਥੋਂ ਮਰਜ਼ੀ, ਇਹ ਨੀ ਗੱਲ ਬਣਨੀ ਹੈਗਾ, ਜਿੱਥੋਂ ਮਰਜ਼ੀ ਗਈ। ਪੈਸੇ ਤੂੰ ਏਦਾਂ ਕਰਿਆ ਕਰੀ ਨਾ, ਮਾਰਨੀ ਨਾ ਜਿਹਦੇ ਵਿੱਚ ਕਸੂਰ ਵੀ ਉਹਦਾ ਹੀ ਕੱਢਣਾ ਤੂੰ, ਤੇ ਅਗਲੇ ਕੋਈ ਲਵਾ ਲੈਣੇ ਆ ਪੈਸੇ। ਅੱਜ ਦਿਨ ਥੋੜਾ ਵਾਰੇ ਥੋੜਾ ਆਉਣ ਦੇਣਾ ਤੂੰ ਕਿਸੇ ਨੂੰ, ਇਹ ਮੈਨੂੰ ਪਤਾ, ਇਹ ਪੱਕੀ ਗਰੰਟੀ ਤੇਰੀ। ਪੈਸੇ ਤੂੰ ਅਗਲੇ ਕੋਲ ਲਵਾ ਲੈਣੇ ਆ, ਨੁਕਸਾਨ ਜੇ ਤੇਰਾ 10,000 ਦਾ ਹੋਇਆ ਤੂੰ ਤੇ 30,000 ਲਵਾ ਲੈਣਾ ਅਗਲੇ ਕੋਲ। ਆਹ
ਜਿਹੜੀ ਗੱਲ ਕਰਦੀ ਆ ਝਾਂਸੀ ਦੀ ਰਾਣੀਏ ਕਿਉਂ ਵੀ ਗੱਲਾਂ ਕਰੂੰ ਖਰੀਆਂ ਕਿੰਨੇ ਦੀਆਂ ਆਈਆਂ ਪੈਨਸਲਾਂ 60 ਦੀਆਂ ਦਿਖਾ ਜਿਹੜੀਆਂ ਕਿੰਨੀਆਂ ਚ ਖੰਘੀ ਜਾਂਦੀ ਹੈ ਗੱਡੀ ਨੂੰ ਖੰਘ ਲਵਾ ਦੇਣੀ ਤੂੰ ਮੈਨੂੰ ਤਾਂ ਲੱਗਣੀ ਕਿੰਨੀਆਂ ਦਸ ਹੋਣੀਆਂ ਬੜੀਆਂ ਮਹਿੰਗੀਆਂ ਪੈਨਸਲਾਂ ਹੋ ਗਈਆਂ ਲੈ ਵੀ ਤੂੰ ਆਪਣੇ ਟਾਈਮ ਚ ਕਿੰਨੇ ਦੀ ਪੈਨਸਲ ਯੂਜ਼ ਕੀਤੀ ਰੁਪਈਏ ਦੀ ਇੱਕ ਰੁਪਈਏ ਦੀ ਹਨਾ ਇੱਕ ਉਹ ਨਟਰਾਜ ਵਾਲੀ ਨਟਰਾਜ ਵਾਲੀ ਮਹਿੰਗੀ ਹੁੰਦੀ ਦੋ ਰੁਪਏ ਦੀ ਹੁੰਦੀ ਸੀ ਉਹ ਤੇ ਦੂਜੀ ਦੇ ਇੱਕ ਰੁਪਈਏ ਦੀ ਵੀ ਆ ਜਾਂਦੀ ਹੁੰਦੀ ਪਰ ਸਾਡੇ ਟਾਈਮ ਤੇ ਤੇ ਪੈਨ ਵੀ ਬੱਚੇ ਜਲਦੀ ਯੂਜ਼ ਕਰਨ ਲੱਗ ਪੈਂਦੇ ਸੀ ਆਪਾਂ ਪੈਨ ਬੜੀ ਖੁਸ਼ੀ ਖੁਸ਼ੀ ਤਰ੍ਹਾਂ ਮੇਰਾ ਡੈਡੀ ਲੈ ਕੇ ਆਉਂਦੇ ਹੁੰਦੇ ਬਾਹਰੋਂ ਪੈਨ ਬੜੇ ਜ਼ਿਆਦਾ ਮੈਂ ਤੇ ਪੈਨ ਹੀ ਵਰਤੀ ਜਾਂਦੀ ਹੁੰਦੀ ਤੇ ਕਿਹੜੇ ਟੀਚਰ ਕੋਈ ਮਨਾ ਕਰਦੇ ਹੁੰਦੇ ਆਹੋ ਆ ਹੁਣ ਬੱਚਿਆਂ ਨੂੰ ਮਨਾ ਕਰਦੇ ਨਾ ਹੁਣ ਪੈਨਸਲ ਹੀ ਯੂਜ਼ ਕਰਨ ਦਿੰਦੇ ਹੁਣ ਖਾਣਾ ਕੀ ਤੂੰ ਲਓ ਵੀ ਨਾਲ ਦੀ ਨੂੰ ਲਾ ਤਾ ਕਰੇ ਤੇ ਮੈਂ ਨਿਕਲ ਪਿਆ ਆਪਣੇ ਕੰਮਾਂ ਕਾਰਾਂ ਨੂੰ ਆਨ ਦਾ ਵੇ ਆਈ ਐਮ ਗੋ ਟੂ ਸਟੂਡੀਓ ਕਾਹਲੀ ਕਾਹਲੀ ਮੈਂ ਇੰਗਲਿਸ਼ ਬੋਲਦੇ ਦਿੰਦਾ ਪਤਾ ਨਹੀਂ ਸਹੀ ਹੁੰਦੀ ਕਿ ਗਲਤ ਹੁੰਦੀ ਆ ਪਰ ਫਲੋ ਜਿਹਾ ਬੜਾ ਵੱਜਦਾ ਆ ਜਾਮ ਕੰਮ ਖਰਾਬ ਕਰਦਾ ਜਾਮ ਦਿਸ ਇਜ਼ ਟੂ ਮਚ ਜਾਮ ਆਈ ਐਮ ਗੋਇੰਗ ਟੂ ਸਟੂਡੀਓ ਪਹਿਲਾਂ ਸ਼ਾਇਦ ਮੈਂ ਗੋ ਕਹਿ ਦਿੱਤਾ ਸੀ ਨਾ ਗੋਇੰਗ ਹੁੰਦਾ ਜਿਹੜੀਆਂ ਵਰਬ ਦੀਆਂ ਫਾਰਮਾਂ ਲੱਗਦੀਆਂ ਤੇ ਗੋਇੰਗ ਹੁੰਦਾ ਗੋ ਨਹੀਂ ਹੁੰਦਾ ਸ਼ਾਇਦ ਲਓ ਵੀ ਪਹੁੰਚ ਗਏ ਸਟੂਡੀਓ ਕਿੱਦਾਂ ਮੱਛੀਓ ਆਹ ਮੱਛੀ ਬੜੀ ਘੈਂਟ ਕਿੰਨੀਆਂ 1 2 3 4 5 6 ਇਹ ਸਾਰੀਆਂ ਮੱਛੀਆਂ ਕਿ ਮੱਛਾ ਵੀ ਹੈਗਾ ਕੋਈ ਹੈ ਭਾਅ ਜੀ ਸਾਰੀਆਂ ਮੱਛੀਆਂ ਕਿ ਮੱਛਾ ਵੀ ਹੈ ਕੋਈ ਇਹ ਹੈ ਮੱਛੀਆਂ ਮੱਛਾ ਕੋਈ ਨਹੀਂ ਇਹ ਤੱਕਾ ਕਰਨ ਦੇ ਤੁਸੀਂ ਇਹ ਨਹੀਂ ਗੱਲ ਬਣਦੀ ਇਹ ਮੱਛਾ ਮੈਂ ਪਾਊ ਲਿਆ ਕੇ ਵਿੱਚ ਇਹਦੇ ਸਟੂਡੀਓ ਬੜਾ ਸੁੰਨਾ ਲੱਗ ਰਿਹਾ ਅੱਜ ਸੁੰਨੇ ਦੇ ਨਾਲ ਨਾ ਸਾਫ਼ ਵੀ ਬੜਾ ਲੱਗ ਰਿਹਾ ਕਿਉਂਕਿ ਗੰਦ ਪਾਉਣ ਵਾਲਾ ਬੰਦਾ ਇੱਥੋਂ ਜਾ ਚੁੱਕਿਆ ਇਸ ਕਰਕੇ ਜਿਹੜਾ ਵੀ ਕੋਨਾ ਵੇਖੋਗੇ ਸਾਫ਼ ਹੀ ਮਿਲੇਗਾ ਅਤੇ ਜਦੋਂ ਉਹ ਆ ਗਿਆ ਵੀਡੀਓ ਮੈਂ ਫਿਰ ਬਣਾਊਂਗਾ ਤਾਂ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਮੈਂ ਸੱਚ ਗਿਆ ਸੀ ਕਿ ਝੂਠ ਗਿਆ ਸੀ ਸਟੂਡੀਓ ਮੈਂ ਵਿਖਾਉਂਦਾ ਤੁਹਾਨੂੰ ਵੇਖੋ ਕਿਚਨ ਤੋਂ ਹੀ ਪਤਾ ਲੱਗ ਜਾਣਾ ਕਿਚਨ ਸਾਫ਼ ਅਤੇ ਸਾਰਾ ਘਰ ਹੀ ਸਾਫ਼ ਇੱਧਰ ਵੇਖੋ ਭਾਂਡੇ ਭੂੰਡੇ ਐਂ ਸਾਫ਼ ਕਿਉਂਕਿ ਬੰਦਾ ਜਿਹੜਾ ਤਬਾਹੀ ਸੀ ਨਾ ਇੱਥੇ ਉਹ ਜਾ ਚੁੱਕਿਆ ਕੀ ਉਹਨੂੰ ਦਰਜਾ ਦੇਵਾਂ ਹੁਣ ਮੈਂ ਗੰਦ ਦੀ ਪੰਡ ਦਰਜਾ ਉਹਨੂੰ ਕਿਹੜਾ ਦੇਵਾਂ ਹੁਣ ਗੰਦ ਦੀ ਪੰਡ ਦਾ ਆ ਕਮਰਾ ਵੇਖੋ ਕਿੰਨਾ ਸਾਫ਼ ਉੱਧਰ ਵੀ ਵਿਖਾਇਆ ਸੀ ਨਾ ਤੁਹਾਨੂੰ ਮੈਂ ਇਹ ਸਭ ਉਹਦੀਆਂ ਮਿਹਰਬਾਨੀਆਂ ਪਿਛਲਾ ਵਲੋਗ ਵੇਖ ਲਿਓ ਬੰਦੇ ਦਾ ਪਤਾ ਲੱਗ ਜਾਣਾ ਤੁਹਾਨੂੰ ਅਤੇ ਜਿੰਨੇ ਝੱਗਾ ਚੁੱਕ ਕੇ ਢਿੱਡ ਦੇ ਹੱਥ ਮਾਰੇ ਸੀ ਨਾ ਉਹ ਵਾਲੇ ਬੰਦੇ ਦੀ ਗੱਲ ਕਰ ਰਿਹਾ ਮੈਂ ਹਰ ਜਗ੍ਹਾ ਸਾਫ਼ ਮਿਲੇਗੀ ਤੁਹਾਨੂੰ ਜੇ ਉਹ ਬੰਦਾ ਨਹੀਂ ਇੱਥੇ ਮਿਲੇਗਾ ਤਾਂ ਸਟੂਡੀਓ ਸਾਫ਼ ਮਿਲੇਗਾ ਜੇ ਉਹ ਬੰਦਾ ਇੱਥੇ ਮਿਲੇਗਾ ਤਾਂ ਸਟੂਡੀਓ ਸਾਫ਼ ਨਹੀਂ ਮਿਲੇਗਾ ਇਹ ਗੱਲ ਪੱਕੀ ਹਾਂ ਅੱਗੇ ਤੂੰ ਪੈਂਟੀ ਨਹੀਂ ਪਾਈ ਆ ਟੀ ਸ਼ਰਟ ਪਾਈ ਸੀ ਹੁਣ ਪੈਂਟੀ ਪਾਈ ਟੀ ਸ਼ਰਟ ਲਾ ਤੀ ਤੇਰਾ ਕੰਮ ਕਿਉਂ ਨਹੀਂ ਸੂਤਰ ਆਉਂਦਾ ਮੈਂ ਆਖਿਆ ਸੌ ਗਿਆ ਹੋਣਾ ਰਾਤ ਦੇ 11 ਵੱਜ ਗਈ ਪੀਲੀ ਹੈ ਮੈਂ ਵੀ ਪੀਣੀ ਥੋੜੀ ਜਿਹੀ ਮੈਂ ਚੱਲ ਜਾ ਕੇ ਪੀਊਂਗਾ ਕੋਕ ਥੋੜੀ ਜਿਹੀ ਛੱਡਦਾ ਕੋਈ ਚੀਜ਼ ਜਿੰਦਰੇ ਲਿਆਉਣੇ ਪੈਣੇ ਮੈਨੂੰ ਜੀਰੇ ਵਾਲੇ ਚਣੇ ਬਣਾਏ ਉਹ ਵੀ ਖਾ ਲਿਆ ਤੇ ਦੂਸਰੇ ਵੀ ਅੱਤ ਰਾਵਣ ਥੋੜੇ ਜਿਹੇ ਖਾਏ ਇਹ ਨਹੀਂ ਟਲਦਾ ਇਹ ਨਹੀਂ ਟਲਦਾ ਇਹ ਵੀ ਮੈਨੀ ਬਣ ਗਿਆ ਉਹ ਮੈਨੀ ਨਾ ਬਣ ਜੀ ਕਿਤੇ ਮੈਨੀ ਦਾ ਪਤਾ ਹੀ ਹੈ ਪਤਾ ਹੋਣਾ ਵੀ ਨਹੀਂ ਚਾਹੀਦਾ ਤੈਨੂੰ
ਪਰਛਾਵਾਂ ਨਹੀਂ ਪੈਣ ਦੇਣਾ ਤੈਨੂੰ। ਕੋਲਡ ਡਰਿੰਕ ਤਾਂ ਪੀਂਦੇ ਹੀ ਆ ਬੱਚੇ, ਹੁਣ ਤਾਂ ਘੱਟ ਗਿਆ, ਹੁਣ ਨਹੀਂ ਪੀਂਦਾ ਜ਼ਿਆਦਾ। ਕਿਤੇ ਹੀ ਆ ਹੁਣ ਮਹੀਨੇ 'ਚ ਉਹੀ ਇੱਕ ਦੋ ਵਾਰੀ ਪੀਵੇ, ਉੱਦਾਂ ਜ਼ਿਆਦਾ ਨਹੀਂ ਪੀਂਦਾ ਹੈਨਾ। ਅਤੇ ਉਹ ਕਿੱਦਣ ਦੀ 3-4 ਦਿਨ ਹੋ ਗਏ ਪਈ ਸੀ ਉਹ ਛੋਟੀ ਜਿਹੀ ਬੋਤਲ, ਛੋਟੀ ਜੀ ਚਾਲੀਆਂ ਵਾਲੀ, ਚਾਲੀਆਂ ਵਾਲੀ ਸੀ ਨਾ, ਅਤੇ ਆਪਾਂ 3 ਜਣੇ ਹਾਂ। ਨਹੀਂ ਤੇ ਮੈਂ ਥੋੜੀ ਪੀਤੀ, ਤੁਸੀਂ ਦੋਵਾਂ ਨੇ ਪੀਤੀ। ਮੈਂ ਤਾਂ ਥੋੜੀ ਜਿਹੀ ਪੀਤੀ ਸੀ, ਤੇਰਾ ਗਲਾ ਖਰਾਬ ਸੀ ਨਾ। ਆ ਤੇ ਗਲਾ ਖਰਾਬ ਸੀ, ਓਦਾਂ ਕਿੱਥੇ ਛੱਡਦੀ ਤੂੰ? ਓਦਾਂ ਸਾਨੂੰ ਦੋਵਾਂ ਨੂੰ ਨੀ ਮਿਲਣੀ। ਬਦਾਮ ਪਿਆਉਣ ਤੇ ਨਾਲ ਦੀ ਸਵੇਰੇ ਜਿਮ ਜਾਣ ਵਾਸਤੇ। ਕਿੰਨੇ ਬਦਾਮ? 15 ਕਹਿਆਂ ਦੀ 10 ਮੇਰੇ, 5 ਤੇਰੇ। ਲੈ ਇਹਨੂੰ ਥੋੜਾ ਦੇਣੇ ਇੰਨੇ ਬਦਾਮ ਅਰਮਾਨ ਨੂੰ, ਬੜੇ ਇਹਨੂੰ 1-2-3। ਲੈ ਤੂੰ ਤਾਂ ਜਨਮ ਤੋਂ ਖਾਂਦੀ, ਫਿਰ ਤੇਰਾ ਤੇ ਹੋਇਆ ਨੀ।